ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਖ ਵੱਖ ਕਿਸਮ ਦੇ ਬਿਆਨ ਸਾਹਮਣੇ ਆ ਰਹੇ ਨੇ, ਵੱਖ ਵੱਖ ਕਿਸਮ ਦੇ ਸਵਾਲ ਉਹਨਾਂ ਦੇ ਉੱਤੇ ਚੱਕੇ ਜਾ ਰਹੇ ਨੇ, ਪਰ ਇਹਨਾਂ ਸਵਾਲਾਂ ਦੇ ਮੱਦੇਨਜ਼ਰ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਐਡਵੋਕੇਟ ਜਵਾਬ ਅਜੇ ਤੱਕ ਨਹੀਂ ਦਿੱਤਾ ਗਿਆ। ਅਜੇ ਤੱਕ ਕੋਈ ਵੀ ਇਹੋ ਜਿਹਾ ਜਵਾਬ ਨਹੀਂ ਸਾਹਮਣੇ ਆਇਆ ਜਿਹੜਾ ਜਵਾਬ ਇਹਨਾਂ ਸਵਾਲਾਂ ਨੂੰ ਮਾਤ ਪਾ ਸਕੇ, ਔਰ ਸਵਾਲ ਵਾਜਬ ਵੀ ਲੱਗਦੇ ਨੇ। ਅਜੇ ਤੱਕ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਇਹ ਗੱਲ ਬੋਲੇ ਨੇ ਕਿ ਜੇ ਸੰਵਿਧਾਨ ਬਾਰੇ ਗੱਲ ਕਰਨੀ ਹੈ ਤਾਂ ਇਸ ਬਾਰੇ ਭਾਈ ਅੰਮ੍ਰਿਤਪਾਲ ਸਿੰਘ ਹੀ ਦੱਸਣਗੇ, ਯਾਨੀ ਕਿ ਪਰਿਵਾਰ ਅੰਮ੍ਰਿਤਪਾਲ ਸਿੰਘ ਦੇ ਸੰਵਿਧਾਨ ਵਾਲੇ ਬਿਆਨ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸਵਾਲ ਇਹ ਬਣਦੇ ਪਏ ਨੇ, ਔਰ ਜੋ ਭਗਤ ਸਿੰਘ ਦੁਆਬੀ ਹੁਣੀ ਵੀ ਚੱਕਦੇ ਸੁਣਾਈ ਦੇ ਰਹੇ ਨੇ, ਉਹਨਾਂ ਦਾ ਦਾਅਵਾ ਆ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਇੱਕ ਸਮੇਂ ਦੇ ਉੱਤੇ ਇਹ ਦਾਅਵਾ ਕਰਦੇ ਨੇ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਣਾ, ਅਸੀਂ ਸੰਵਿਧਾਨ ਨੂੰ ਮੰਨਦੇ ਹੀ ਨਹੀਂ, ਉਹਨਾਂ ਦਾ ਇਹ ਦਾਅਵਾ ਸੀ ਕਿ ਸੰਵਿਧਾਨ ਸਾਡੀ ਨਹੀਂ ਮੰਨਦਾ, ਸੰਵਿਧਾਨ ਸਾਨੂੰ ਨਹੀਂ ਮੰਨਦਾ, ਅਤੇ ਅਸੀਂ ਸੰਵਿਧਾਨ ਨੂੰ ਕਿਉਂ ਮੰਨੀਏ, ਕਿਸ ਵਾਸਤੇ ਮੰਨੀਏ, ਕਿਸ ਕਾਰਨ ਮੰਨੀਏ। ਔਰ ਇੱਥੋਂ ਤੱਕ ਗੱਲਾਂ ਕਰ ਦਿੱਤੀਆਂ ਗਈਆਂ ਸੀ ਕਿ ਸਾਨੂੰ ਕਿਸੇ ਕੁੱਤੇ ਨੇ ਨਹੀਂ ਕੱਟਿਆ ਕਿ ਅਸੀਂ ਸੰਵਿਧਾਨ ਨੂੰ ਮੰਨਾਂਗੇ, ਪਰ ਹੈਰਾਨੀ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਹੀ ਭਾਈ ਅੰਮ੍ਰਿਤਪਾਲ ਸਿੰਘ ਇੱਕ ਵੀਡੀਓ ਦੇ ਵਿੱਚ ਇਹ ਵੀ ਕਹਿੰਦੇ ਸੁਣਾਈ ਦਿੰਦੇ ਨੇ ਕਿ ਇਸ ਸੰਵਿਧਾਨ ਨੂੰ ਅਸੀਂ ਆਪਣੇ ਤਰੀਕੇ ਦੇ ਨਾਲ ਇਸਤੇਮਾਲ ਕਰਨਾ, ਯਾਨੀ ਕਿ ਪਹਿਲਾਂ ਹੀ ਆਪਣਾ ਗਰਾਊਂਡ ਛੱਡ ਦਿੱਤਾ। ਪਹਿਲਾਂ ਵਾਲਾ ਗਰਾਊਂਡ ਕੀ ਸੀ ਕਿ ਅਸੀਂ ਸੰਵਿਧਾਨ ਨੂੰ ਮੰਨਦੇ ਹੀ ਨਹੀਂ, ਉਸ ਤੋਂ ਬਾਅਦ ਇਹ ਕਹਿ ਦਿੱਤਾ ਕਿ ਅਸੀਂ ਸੰਵਿਧਾਨ ਨੂੰ ਆਪਣੇ ਤਰੀਕੇ ਦੇ ਨਾਲ ਇਸਤੇਮਾਲ ਕਰਾਂਗੇ, ਔਰ ਹੁਣ ਉਸੇ ਸੰਵਿਧਾਨ ਦੇ ਆਧਾਰ ਦੇ ਉੱਤੇ ਚੋਣ ਲੜਨ ਨੂੰ ਤਿਆਰ ਨੇ, ਉਸੇ ਸੰਵਿਧਾਨ ਦੇ ਆਧਾਰ ਦੇ ਉੱਤੇ ਇਲੈਕਸ਼ਨਸ ਲੜਨ ਨੂੰ ਤਿਆਰ ਨੇ। ਔਰ ਜਦੋਂ ਇਲੈਕਸ਼ਨਸ ਲੜਨਗੇ ਤਾਂ ਉਸ ਵੇਲੇ ਇਹ ਗੱਲ ਵੀ ਕਹੀ ਜਾਵੇਗੀ ਕਿ ਮੈਂ ਸੰਵਿਧਾਨ ਦੇ ਆਧਾਰ ਦੇ ਉੱਤੇ, ਸੰਵਿਧਾਨ ਦੇ ਅਧੀਨ ਰਹਿੰਦਿਆਂ ਹੋਇਆਂ ਇਸ ਦੇਸ਼ ਨੂੰ ਇਕੱਠਿਆਂ ਰੱਖਣ ਦੇ ਲਈ ਕਸਮ ਖਾਂਦਾ। ਉਦੋਂ ਇਹ ਕਸਮ ਵੀ ਖਾਣੀ ਪਵੇਗੀ ਭਾਈ ਅੰਮ੍ਰਿਤਪਾਲ ਸਿੰਘ ਨੂੰ, ਉਦੋਂ ਕੀ ਸੰਵਿਧਾਨ ਦੀ ਕਸਮ ਚੁੱਕ ਲੈਣਗੇ ਕਿ ਉਦੋਂ ਸੰਵਿਧਾਨ ਦੇ ਅਨੁਕੂਲ ਹੋ ਕੇ ਕੰਮ ਕਰ ਲੈਣਗੇ। ਔਰ ਹੁਣ ਵੀ ਜੇ ਆਪਾਂ ਉਹਨਾਂ ਦੇ ਕੇਸ ਦੀ ਗੱਲ ਕਰੀਏ, ਜਦੋਂ ਤਰੀਕਾਂ ਪੈਂਦੀਆਂ ਨੇ, ਜਦੋਂ ਕੋਰਟ ਦੇ ਵਿੱਚ ਕੇਸ ਚੱਲਦਾ ਅਤੇ ਉਹ ਸੰਵਿਧਾਨ ਦੇ ਆਧਾਰ 'ਤੇ ਹੀ ਚੱਲਦਾ, ਸੰਵਿਧਾਨ ਤੋਂ ਬਗੈਰ ਤਾਂ ਚੱਲ ਨਹੀਂ ਸਕਦਾ, ਤਾਂ ਫਿਰ ਕਿਉਂ ਵਾਰ ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਵਿਧਾਨਕ ਤੌਰ ਦੇ ਉੱਤੇ, ਸੰਵਿਧਾਨਕ ਪੱਧਰ ਦੇ ਉੱਤੇ ਕਿ ਜੇਲ੍ਹ ਤੋਂ ਬਾਹਰ ਆ ਜਾਣੀ ਹੈ ਜਾਂ ਫਿਰ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਆ ਜਾਣ, ਕਿਉਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੇ ਸੰਵਿਧਾਨ ਨੂੰ ਮੰਨਣਾ ਹੀ ਨਹੀਂ ਹੈ। ਖੈਰ, ਇਸ ਮਸਲੇ ਨੂੰ ਭਗਤ ਸਿੰਘ ਦੁਆਬੀ ਜਿਹੜੇ ਨੇ ਉਹ ਪਰਜ਼ੋਰ ਉਭਾਰਦੇ ਨਜ਼ਰ ਆਏ ਨੇ, ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਮਸਲੇ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ, ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ, ਕਿਉਂਕਿ ਉਹਨਾਂ ਦੇ ਓਪੋਜ਼ਿਟ ਬਹੁਤ ਸਾਰੀਆਂ ਐਗਜ਼ਾਮਪਲਸ ਨੇ। ਹਾਲ ਹੀ ਦੇ ਵਿੱਚ ਜਗਤਾਰ ਸਿੰਘ ਤਾਰਾ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਨੇ ਕਿਹਾ ਸੀ ਕਿ ਉਹ ਇਸ ਗੱਲ ਦੀ ਜ਼ਿੰਮੇਵਾਰੀ ਚੁੱਕਦੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਨਿੱਜੀ ਪੱਧਰ ਦੇ ਉੱਤੇ ਕੋਈ ਵੀ ਵਕੀਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ, ਯਾਨੀ ਕਿ ਉਹ ਇੱਥੋਂ ਤੱਕ ਵੀ ਸ਼ੋਰ ਸੀ ਕਿ ਜੇ ਇਸ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾਏ ਮੌਤ ਵੀ ਹੁੰਦੀ ਹੈ ਤਾਂ ਉਹ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਹੋਣਗੇ। ਉਹਨਾਂ ਨੇ ਅਜੇ ਤੱਕ ਬਿਲਕੁਲ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ, ਹਾਲਾਂਕਿ ਹਾਂ ਉਹਨਾਂ ਦੀ ਭਾਣਜੀ ਦਾ ਵਿਆਹ ਸੀ ਜਿਸ ਵਾਸਤੇ ਕੁਝ ਘੰਟਿਆਂ ਦੀ ਉਹਨਾਂ ਨੂੰ ਪੈਰੋਲ ਦਿੱਤੀ ਗਈ ਸੀ, ਉੱਥੇ ਜਾ ਕੇ ਅਤੇ ਉਹ ਵਾਪਸ ਆ ਜਾਂਦੇ ਨੇ। ਹਾਲਾਂਕਿ ਜਗਤਾਰ ਸਿੰਘ ਤਾਰਾ ਦੇ ਮਾਮਲੇ ਦੇ ਵਿੱਚ ਵੀ ਜਾਂ ਫਿਰ ਬਾਕੀ ਬੰਦੀ ਸਿੰਘਾਂ ਨੇ ਵੀ ਅਜੇ ਤੱਕ ਸ਼ਾਇਦ ਇੱਦਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਬਾਹਰ ਜੇਲ੍ਹੋਂ ਕੱਢਿਆ ਜਾ ਸਕੇ। ਪਰ ਜੇ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ, ਭਾਈ ਅੰਮ੍ਰਿਤਪਾਲ ਸਿੰਘ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਕਿਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਜਾਣ। NSA ਲੱਗੀ ਹੋਈ ਹੈ ਉਹਨਾਂ ਦੇ ਉੱਤੇ, NSA ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ, ਪਰ NSA ਦੀ ਥਾਂ UAPA ਤਾਂ ਕਈ ਬੰਦੀ ਸਿੰਘਾਂ ਦੇ ਉੱਤੇ ਵੀ ਲੱਗੀ ਹੋਈ ਹੈ, ਜ਼ਾਹਿਰ ਤੌਰ ਦੇ ਉੱਤੇ ਜਗਤਾਰ ਸਿੰਘ ਤਾਰਾ ਦੇ ਉੱਤੇ ਵੀ UAPA ਲੱਗੀ ਹੋਈ ਸੀ। ਖੈਰ, ਇਹਨਾਂ ਮਸਲਿਆਂ ਨੂੰ ਲੈ ਕੇ ਐਗਜ਼ਾਮਪਲਸ ਬਹੁਤ ਸਾਰੀਆਂ ਨੇ, ਪਰ ਭਾਈ ਅੰਮ੍ਰਿਤਪਾਲ ਸਿੰਘ 'ਤੇ ਸਵਾਲ ਇਹ ਨੇ ਕਿ ਹੁਣ ਜਦੋਂ ਉਹ ਕਾਨੂੰਨ ਦੇ ਸ਼ਿਕੰਜੇ ਹੇਠ ਨੇ, ਉਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਬੁਖਲਾ ਰਹੇ ਨੇ, ਉਸ ਵੇਲੇ ਤੜਪ ਰਹੇ ਨੇ, ਉਸ ਵੇਲੇ ਬਾਹਰ ਆਉਣਾ ਲੋਚ ਰਹੇ ਨੇ, ਜਿਸ ਵਾਸਤੇ ਭਗਤ ਸਿੰਘ ਦੁਆਬੀ ਜਿਹੜੇ ਨੇ ਉਹ ਰੱਜ ਕੇ ਸਵਾਲ ਖੜ੍ਹੇ ਕਰਦੇ ਪਏ ਨੇ। ਉਹਨਾਂ ਨੇ ਹਾਲ ਹੀ ਵਿੱਚ ਦੁਬਾਰਾ ਇੱਕ ਬਿਆਨ ਜਾਰੀ ਕੀਤਾ, ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ। ਪਿਛਲੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਜਦੋਂ ਵਿਚਰਿਆ ਆ ਪੰਜਾਬ ਦੇ ਵਿੱਚ, ਉਹਨੇ ਇੱਕ ਮੁਹਿੰਮ ਚਲਾਈ, ਔਰ ਉਸ ਮੁਹਿੰਮ ਦੇ ਵਿੱਚ ਉਹ ਜਗ੍ਹਾ ਜਗ੍ਹਾ ਕਹਿੰਦਾ ਫਿਰਿਆ ਕਿ ਸਾਨੂੰ ਇਹ ਸੰਵਿਧਾਨ, ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ। ਸਾਨੂੰ ਕਿਸੇ, ਅੰਮ੍ਰਿਤਪਾਲ ਦੇ ਲਫ਼ਜ਼ ਨੇ, ਕਿ ਉਸ ਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ,
ਕਿ ਉਹ ਇਸ ਸੰਵਿਧਾਨ ਨੂੰ ਮੰਨੇ। ਹੁਣ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਜੀ, ਤੁਹਾਨੂੰ ਕੁੱਤੇ ਨੇ ਹੁਣ ਵੱਢ ਲਿਆ ਜਾਂ ਤੁਸੀਂ ਕੁੱਤੇ ਨੂੰ ਵੱਢ ਚੁੱਕੇ ਹੋ ਜਿਹੜਾ ਤੁਸੀਂ ਹੁਣ ਸੰਵਿਧਾਨ ਦੀ ਸਹੁੰ ਚੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਹੋ? ਜੇ ਤੁਸੀਂ ਇਲੈਕਸ਼ਨ ਹੀ ਲੜਨਾ ਸੀਗਾ, ਅੱਜ ਬਹੁਤ ਸਾਰੇ ਸਬੂਤ ਆ, ਪਿੱਛੇ ਤੁਸੀਂ ਸ਼ਾਇਦ ਇੱਕ ਫੋਟੋ ਦੇਖ ਰਹੇ ਹੋਗੇ, ਅੱਜ ਬਹੁਤ ਸਾਰੇ ਐਵੀਡੈਂਸ ਜਿਹੜੇ ਹੈਗੇ ਨੇ ਉਹ ਪੇਸ਼ ਕਰਾਂਗਾ। ਪਿੱਛੇ ਤੁਸੀਂ ਇਸ ਪਾਸੇ ਇੱਕ ਸਿੰਘ ਸਾਹਿਬ ਦੇਖ ਰਹੇ ਹੋ, ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ, ਬਹੁਤ ਸਾਰੇ ਵੀਰ ਜਾਣਦੇ ਨੇ। ਇਹ ਅੰਮ੍ਰਿਤਪਾਲ ਦੇ ਵਕੀਲ ਨੇ ਤੇ ਬੀਜੇਪੀ ਦੀ ਸਟੇਜ ਦੇ ਉੱਤੇ ਖੜੇ ਨੇ, ਬਹੁਤ ਸਾਰੇ ਐਵੀਡੈਂਸ ਲੈ ਕੇ ਆਇਆ। ਇਹਨਾਂ ਨੂੰ ਸਵਾਲ ਪੁੱਛਣੇ ਨੇ, ਇਹ ਕੰਮ ਕਿਹਦੇ ਵਾਸਤੇ ਕਰਦੇ ਨੇ ਤੇ ਕੀ ਕੰਮ ਕਰ ਰਹੇ ਨੇ। ਮੈਂ ਗੱਲਬਾਤ ਨੂੰ ਜਾਰੀ ਰੱਖਾਂ ਉੱਥੋਂ ਦੀ। ਅੰਮ੍ਰਿਤਪਾਲ ਸਿੰਘ ਕਹਿੰਦਾ ਕਿ ਸਾਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ ਤੇ ਹੁਣ ਉਹਨੂੰ ਕਿਸੇ ਕੁੱਤੇ ਨੇ ਵੱਢ ਲਿਆ ਜਿਹੜਾ ਇਸ ਸੰਵਿਧਾਨ ਦੀ ਸਹੁੰ ਚੁੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਤੇ ਐਮਪੀ ਉਹਨਾਂ ਦੇ ਸੁਪਨੇ ਦੇਖ ਰਿਹਾ। ਗੱਲ ਇਹ ਆ ਕਿ ਜੇ ਤੂੰ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਹੀ ਲੜਨਾ ਸੀਗਾ ਤੇ ਪਹਿਲਾਂ ਉਹਨਾਂ ਮੁੰਡਿਆਂ ਨੂੰ ਹਥਿਆਰਬੰਦ ਸੰਘਰਸ਼ ਦੇ ਵਿੱਚ ਕਿਉਂ ਕੁਦਾਇਆ, ਉਹਨਾਂ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਤਨਵਾਇਆ, ਉਹਨਾਂ ਦੇ ਉੱਤੇ ਪਰਚੇ ਕਿਉਂ ਦਰਜ ਕਰਵਾਏ? ਤੂੰ ਪਹਿਲਾਂ ਹੀ ਇਹਨਾਂ ਸਿਸਟਮ ਦੇ ਵਿੱਚ ਆ ਜਾਂਦਾ ਤੇ ਇੰਨਾ ਸਾਡਾ ਭਰਾ ਨੌਜਵਾਨ ਜਿਹੜਾ ਪੰਜਾਬ 'ਚ ਖਰਾਬ ਹੋਇਆ ਉਹ ਨਾ ਹੁੰਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।